वेलकम टू माय चैनल। तो आज असि फर्स्ट शो देख रहे हैं अलोंग विद माय सिस्टर होंसला रख का। बड़े एक्साइटेड अभी मूवी में लैके थोड़ी कोई न्यूज़ एक्सपेक्ट कर रहे कि मूवी के मतलब ना मैं सोच रहा कि वेट कर रहे हैं। मेरी दो होर फ्रेंड्स है जी आ रही हैं बट आई थिंक वो बड़ा लेट हो गई है सो ऑन द वे ही है पर आप वेट करेंगे दो या तीन मिनट। देखो भाई दशहरे के नाल तुम बहुत बहुत मुबारक सारे जिन्हें भी मेरे व्यूअर्स है सब्सक्राइबर्स है बहुत बहुत प्यार देंगे हो जिन्ना भी देंगे हो दशहरे की पूरी रौनक सॉरी रंगोली तो बिगड़ी गई है सारी ਅੱਗੇ ਜੀ ਪੀ ਵੀ ਆਰ ਦੇ ਵਿੱਚ ਸਫਾਈਆਂ ਵਗੈਰਾ ਚੱਲਦੀਆਂ। ਮੇਰੀ ਸਿਸਟਰ ਇਹ ਹਮੇਸ਼ਾ ਪਤਾ ਨਹੀਂ ਬਾਲ ਕਿੱਦਾਂ ਇਹਨੇ ਇੱਦਾਂ ਲੱਗਦੇ ਜਿੱਦਾਂ ਹਮੇਸ਼ਾ ਸਟ੍ਰੇਟ ਕਰ ਰਿਹਾ ਪਰ ਮੇਰੇ ਨਹੀਂ ਲੱਗਦੇ ਪਤਾ ਨਹੀਂ ਕਿਉਂ। ਚਲੋ ਚੱਲੇ ਫਿਰ ਅੰਦਰ ਅਸੀਂ ਵੇਟ ਕਰਨਾ। ਚਲੋ ਤੁਹਾਨੂੰ ਅਸੀਂ ਮਿਲਦੇ ਹਾਂ ਸਕਰੀਨ ਮੇਰੇ ਸਾਹਮਣੇ। ਗੁਫਾ 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 ਦੇ ਵਿੱਚ ਕੁੜੀ ਗੁਫਾ ਦੇ ਵਿੱਚ ਮੈਂ ਸੁਣ ਲੈ ਰੋਕਟ ਚਲਾਉਣਾ ਜੀ ਉਹ
ਮੈਡਮ ਇਹ ਤਾਂ ਪੂਰੀ ਯੂਨੀਵਰਸ ਲਈ ਖਤਰਾ ਇਹਨੇ ਕਿਤਨਾ ਹੀ ਖਤਰਾ ਦੇਣਾ ਮੇਰੇ ਕੋਲ ਮੈਕਅਪ ਪਲਾਨ ਵੀ ਸੀ ਜੀ ਲੈ ਤੇ ਮੈਂ ਨਾਸਾ ਚ ਐਸਟ੍ਰੋਨੌਟ ਨਾ ਬਣਦੀ ਤੇ ਮੈਂ ਫੈਸ਼ਨ ਡਿਜ਼ਾਈਨਰ ਬਣ ਜਾਣੀ ਸੀ ਤੂੰ ਰਾਕਟ ਹੀ ਚਲਾ ਲਾ ਉਹ ਆਟੋਮੈਟਿਕ ਹੁੰਦਾ ਤੇ ਤੂੰ ਜਿੰਨੀ ਟ੍ਰੇਲਰ ਦੇ ਵਿਚ ਮੂਵੀ ਨੂੰ ਹਾਈਲਾਈਟ ਕੀਤਾ ਗਿਆ ਸੀਗਾ ਹਲੇ ਤਕ ਤੇ ਕੁਛ ਸੋ ਐਕਸਪੀਰੀਅੰਸ ਅਕੋਰਡਿੰਗ ਹੀ ਹੈ ਇੰਟਰਵਲ ਆ ਹਾਫ ਦੇਖ ਰਹੀ ਹਾਂ ਹਾਫ ਤਾਂ ਦੇਖੋ ਕਿ ਸਰਪ੍ਰਾਈਜ਼ਸ ਮਿਲਦੇ ਆ ਮੂਵੀ ਦਾ ਹੌਸਲਾ ਤਾਂ ਮੇਰੇ ਨਾਲ ਹੀ ਰਹੂਗਾ ਜੀ ਸੋ ਗਾਈਸ ਇਹ ਸੀਗੀ ਹੌਸਲਾ ਰੱਖ ਮੂਵੀ ਇਹਦੇ ਲਾਸਟ ਵਿੱਚ ਵੀਡੀਓਜ਼ ਦੀ ਜੋ ਵੋਇਸ ਨੂੰ ਆਫ ਕੀਤਾ ਗਿਆ ਬਿਕੋਜ਼ ਆਫ ਅ ਕਾਪੀਰਾਈਟ ਸੋ ਠੀਕ ਸੀਗੀ ਮੂਵੀ ਦੱਸੋ